ਹੈ ਜੀ ਆਊਟਡੋਰ ਦੀ ਅਨਬੋਕਸਿੰਗ ਕਰੋ ਜੀ। ਕਿਆ ਬਾਤ ਹੈ ਜੀ, ਕਿਆ ਬਾਤ ਆ, ਅੱਜ ਮੁੰਡਿਆਂ ਨੂੰ ਲੈਣੀਆਂ ਠੰਡੀਆਂ ਹਵਾਵਾਂ। ਵਾਹ ਵਾਹ ਵਾਹ, ਤੁਸੀਂ ਵਾਹ ਵਾਹ ਕੁਛ ਨਿਕਲਿਆ ਆ ਭਾਬੇ। ਹਾਂਜੀ, ਇਹ ਜੈਨੂਇਨ ਟਾਈਪ ਦੇ ਹੈ। ਏਸੀ ਸਹੀ ਹੈ, ਠੀਕ ਆ, ਮਾਸ਼ਾਅੱਲਾ ਬਹੁਤ ਅੱਛਾ ਏਸੀ ਹੈ। ਕਿਆ ਬਾਤ ਹੈ, ਕਹਿ ਲਓ ਜੀ ਭਾਈ। ਦੁਨੀਆ ਤੋਂ ਮੈਂ ਪਹੁੰਚਿਆ ਏਸੀ ਲੈਣ। ਭਾਈ ਬਣਾ ਪਾਏ ਇਹਦੇ ਨੇ ਸਪੈਸ਼ਲ, ਸਿਰਫ ਨਾ ਮੇਰੇ ਵਾਸਤੇ ਕਿਹਾ ਏਸੀ ਮਿਲਣਾ ਵਾ, ਮੀਆਂ ਵਾਸਤੇ ਬਿਲਕੁਲ ਨਹੀਂ ਕਿਹਾ ਮਿਲਣਾ, ਸਿਰਫ ਸ਼ਫਕਤ ਕੀਤੀ ਇਹਨਾਂ ਨੇ ਸਾਡੇ ਵਾਸਤੇ, ਇਹ ਇਹਨਾਂ ਦੀ ਮੁਹੱਬਤ ਆ। ਅਤੇ ਏਸੀ ਲੈਂਦੇ ਹਾਂ, ਮੁੰਡੇ ਬੜੇ ਪਰੇਸ਼ਾਨ ਆ ਏਸੀ ਤੋਂ। ਭਾਈ ਹੁਣ ਸਾਨੂੰ ਕੱਢ ਕੇ ਦੇਣਗੇ ਜਿਹੜਾ ਏਸੀ ਦਿੰਦੇ ਆ, ਲੜਕੇ ਖੈਰ ਦੇਖਦੇ ਆ। ਪੱਕੀ ਦੁਕਾਨ ਛੱਡ ਦੇ, ਬਸ ਅਸੀਂ ਥੋੜ੍ਹਾ ਜਿਹਾ ਮਸਲੇ 'ਚ ਫਸ ਗਏ, ਕਿਉਂਕਿ ਨਾ ਅਸੀਂ ਲੈ ਲਿਆ ਮਕਾਨ ਅਤੇ ਮੁੰਡਿਆਂ ਨੂੰ ਏਸੀ ਲਵਾ ਦਿੱਤਾ ਸੀ। ਵੈਸੇ ਤੁਸੀਂ ਮਕਾਨ ਵੀ ਸਾਡੇ ਕੋਲ ਲੈ ਲੈਣਾ, ਅਸੀਂ ਤੁਹਾਨੂੰ ਟੈਂਕ ਦੇ ਦਵਾਂਗੇ। ਪੇਮੈਂਟ ਕਰ ਦਿੱਤੀ ਹੈ ਭਾਈ, ਤੇ ਏਸੀ ਲੈ ਕੇ ਅਸੀਂ ਹੁਣ ਨਿਕਲਣਾ ਵਾਲਾ ਰੱਖੇ ਖੈਰ। ਕਿਹੜੇ ਬੰਦੇ ਨੂੰ ਸ਼ੌਕ, ਹਰ ਬੰਦੇ ਨੂੰ ਸ਼ੌਕ ਆ ਟੀਵੀ ਦੇ ਆਉਣ ਦਾ। ਮੀਆਂ ਸਾਹਿਬ ਇੱਦਾਂ ਹੀ ਨਹੀਂ, ਨਾਦਰ ਵਾਲੇ ਨੀ ਹੈ, ਨਾਦਰ ਵਾਲੇ ਜਦੋਂ ਨਾਦਰ ਵਾਲੇ ਕੰਟੇਨਰ ਲੋ ਆਇਆ ਸੀ ਉਹਦਾ ਵਾਸ਼ਿੰਗ ਮਸ਼ੀਨ ਦਾ, ਹਾਂ ਵਾਸ਼ਿੰਗ ਮਸ਼ੀਨ ਦਾ ਕੰਟੇਨਰ ਲੋ, ਦੋ ਹੀ ਨੇਕੀ ਦਾ ਵਾ, ਨੇਕੀ ਕਰਨਾ। ਕੂਲਰ ਲੈਣਾ ਸਲਾਮ ਵਾਸਤੇ, ਉਹ ਵੇਖ ਰਿਹਾ ਹੁਣ ਕਿਹੜਾ ਲੈਣਾ। ਯਕੀਨ ਕਰੋ ਆਹ ਭਾਈ ਹੈ ਸਾਡੇ, ਅਸੀਂ ਇਹਦੇ ਕੋਲ ਨਾ 2 ਲੱਖ ਰੁਪਏ ਦਾ ਸਮਾਨ ਲੈ ਲਿਆ ਵਾ ਤੇ ਕਹਿ ਕੇ ਪਾਣੀ ਦਾ ਗਲਾਸ ਪੀਤਾ ਵਾ, ਤੇ ਕਸਟਰਡ ਦਾ ਇਹਨਾਂ ਨੇ ਸਾਨੂੰ 1000 ਰੁਪਇਆ ਦੇਣਾ ਵਾ, ਤੇ ਉਹ ਕਹਿੰਦੇ ਸੀ ਕਸਟਰਡ ਤੁਸੀਂ ਬਿਲਕੁਲ ਲੈ ਲਓ 1000 ਰੁਪਇਆ, ਉਹ ਤੋਂ ਖਾ ਲਓ ਤੇ ਮੇਰੇ ਵਾਸਤੇ ਤੁਸੀਂ ਪੈਕ ਕਰਾ ਲਿਆ ਤੇ ਆਪ ਤੁਸੀਂ ਖਾ। ਮੁਸਕਰਾ ਰਹੇ ਆ, ਬੱਕਰੇ ਵੀ ਲੈਣ ਜਾਣਾ ਹਜੇ ਨਾ, ਪਤਾ ਨਹੀਂ ਉਹਨਾਂ ਦੇ ਵਾਸਤੇ ਪੈਸੇ ਇਕੱਠੇ ਕਰ ਰਹੇ ਆ, ਘਟਾ ਹੀ ਨਹੀਂ ਰਹੇ ਪੈਸਾ। ਯਕੀਨ ਕਰੋ ਅਸੀਂ ਪੈਸੇ ਦੇ ਤੇ ਏਸੀ ਲੈ ਲਿਆ, ਭਾਈ ਉਹਨਾਂ ਦੀ ਟਿਊਨ ਨਹੀਂ ਬਦਲ ਗਈ। ਏਸੀ ਲੈ ਲਿਆ ਵਾ ਤੇ ਅਸੀਂ ਹੁਣ ਮੈਂ ਤੇ ਮੀਆਂ ਜਾ ਰਹੇ ਹਾਂ ਕਸਟਰਡ ਖਾਣ, ਫਿਲਹਾਲ ਲੱਭਣਾ ਅਸੀਂ ਕਸਟਰਡ ਵਾਲਾ ਹੈ ਕਿੱਥੇ ਆ, ਤੇ ਮੀਆਂ ਕਹਿੰਦਾ ਮੈਨੂੰ ਕਸਟਰਡ ਖਵਾਓ, ਮੈਂ ਕਿਹਾ ਜੀ ਚਲੋ, ਪੈਸੇ ਤਾਂ ਉਹਨੇ ਛੱਡੇ ਨਹੀਂ ਹੈ, ਲੇਕਿਨ ਅਸੀਂ ਕਸਟਰਡ ਖਾ ਲੈਣਾ ਵਾ ਬਾਈ। ਕਸਟਰਡ ਵਾਲੀ ਦੁਕਾਨ ਬੰਦ, ਅਸੀਂ ਵਾਪਸ, ਸਾਡੇ ਨਸੀਬਾਂ 'ਚ ਕਸਟਰਡ ਨਹੀਂ ਹੈ। ਅਸੀਂ ਮੀਆਂ ਜਾ ਰਿਹਾ ਮੂੰਹ ਲਵੇੜ ਕੇ, ਹੁਣ ਅੱਗੇ ਅੱਗੇ ਹੱਸੀ ਜਾ ਰਿਹਾ ਵਾ, ਕਸਟਰਡ ਖਾਣ ਗਏ ਸੀ, ਕਸਟਰਡ ਸਾਨੂੰ ਲੱਭਾ ਕੋਈ ਨਹੀਂ ਹੈਗਾ। ਜਿਸ ਚਾਹ ਦੇ ਵਿੱਚ ਅਸੀਂ ਏਸੀ ਲੈਣ ਆਏ ਸੀ ਉਹ ਚਾਹ ਹੀ ਨਹੀਂ ਸਾਡਾ ਪੂਰਾ ਹੋਇਆ। ਮੀਆਂ ਚਲੋ ਉਹਦੇ ਪਹਿਲਾਂ ਦਹੀਂ ਭੱਲੇ ਖਾ ਲੈਂਦੇ, ਆਹੋ ਫਿਰ ਚਲੋ ਕੋਈ ਫਾਇਦਾ ਹੋ ਜਾਂਦਾ। ਇਹ ਦੁਕਾਨ ਤੋਂ ਅਸੀਂ ਏਸੀ ਲਿਆ ਵਾ, ਇਹ ਮੀਆਂ ਦੇ ਕਦਮ ਦੀ ਦੁਕਾਨ ਆ, ਲੁੱਟ ਲੈਂਦੇ ਆ ਸਾਨੂੰ, ਪਰ ਲੇਕਿਨ ਫਿਰ ਵੀ ਅਸੀਂ ਆ ਜਾਈਦਾ ਵਾ ਕਿ ਚੱਲ ਯਾਰ ਮੁਹੱਬਤ ਪਾ। ਏਸੀ ਲਿਆ ਵਾ ਤੇ ਕਾਹ ਲਿਆ ਕੂਲਰ, ਕੂਲਰ ਅਸੀਂ ਸਲਾਮ ਵਾਸਤੇ ਲਿਆ ਵਾ ਤੇ ਏਸੀ ਅਸੀਂ ਲਿਆ ਮੁੰਡਿਆਂ ਵਾਸਤੇ, ਅੱਜ ਉਹਨਾਂ ਨੂੰ ਏਸੀ ਦੇ ਵਿੱਚ ਸਵਾਣਾ ਇਨਸ਼ਾਅੱਲਾ। ਅੱਲਾ ਰੱਖੇ ਖੈਰ। ਲਓ ਜੀ ਅਲਹਮਦੁਲਿਲਾ ਏਸੀ ਆ ਗਿਆ ਮੁੰਡਿਆਂ ਦਾ, ਨਾਲ ਮੁੰਡੇ ਦਾ ਕੂਲਰ ਵੀ ਆ ਗਿਆ ਵਾ। ਏਸੀ ਵਾਲ ਦਾ ਏਸੀ ਮੰਗਵਾਇਆ ਜੀ ਅਸੀਂ ਮਾਸ਼ਾਅੱਲਾ, ਤੇ ਹੁਣ ਲਵਾਉਣੇ ਆ ਤੇ ਚੈੱਕ ਕਰਦੇ ਹਾਂ ਚੱਲ ਕੇ ਤਾਂ ਰੱਖਿਆ, ਬਾਬੇ ਹੁਣੀ ਲੈ ਕੇ ਆਏ ਆ ਏਸੀ। ਆ ਬਾਈ ਵਾਹ ਬਾਈ, ਕਰ ਰਹੇ ਜੀ ਹੁਣ ਏਸੀ ਦੀ ਅਨਬੋਕਸਿੰਗ, ਤੇ ਦੇਖਦੇ ਹਾਂ ਵਿੱਚੋਂ ਕੀ ਕੀ ਨਿਕਲਦਾ। ਵਾਹ ਬਾਈ
ਏਸੀ ਸਹੀ ਹੈ ਠੀਕ ਆ ਮਾਸ਼ਾਅੱਲਾ ਬਹੁਤ ਅੱਛਾ ਏਸੀ ਹੈ ਕਿਆ ਬਾਤ ਹੈ ਕਿਆ ਲਓ ਜੀ ਭਾਈ ਨੇ ਵੀ ਕਹਿਤਾ ਵਾ ਏਸੀ ਬਹੁਤ ਅੱਛਾ ਵਾ ਇਹ ਬੜੇ ਮੰਨੇ ਤੰਨੇ ਕਾਰੀਗਰ ਆ ਵਾਸਪੁਰੇ ਦੇ ਡੁੱਟ ਕੇ ਖਾ ਗਏ ਯਕੀਨ ਕਰ ਲੋਕਾਂ ਨੂੰ ਇਹ ਇਹਨਾਂ ਨੇ ਧੂੜ ਕੱਢ ਦਿੱਤੀ ਆਵਾਮ ਦੀ ਇੱਥੇ ਕਿਆ ਬਾਤ ਆ ਕਿਆ ਬਾਤ ਆ ਜੀ ਆਊਟਡੋਰ ਦੀਆਂ ਰਬਤਾਂ ਵਾ ਅੱਛਾ ਜੀ ਇਹ ਗਰੰਟੀ ਕਾਰਡ ਕੂਡ ਆ ਗਰੰਟੀ ਕਾਰਡ ਵੀ ਆ ਗਿਆ ਜੀ ਠੀਕ ਆ ਰਿਮੋਟ ਆ ਗਿਆ ਰਿਮੋਟ ਵੀ ਆ ਗਿਆ ਕਿਆ ਬਾਤ ਆ ਜੀ ਕਿਆ ਬਾਤ ਆ ਰਿਮੋਟ ਵੀ ਤੇ ਲਾਣਾ ਟੰਗਣਾ ਇਹਦਾ ਆਪਣਾ ਸਟੈਂਡ ਆ ਆਹੋ ਸਟੈਂਡ ਦਾ ਕਿਹੜਾ ਉਹ ਪਿੱਛੇ ਲੱਗਦਾ ਹੁੰਦਾ ਉਹ ਕਿੱਥੇ ਆ ਅੱਛਾ ਬਾ ਠੀਕ ਓਏ ਕਲੋਜ਼ ਦਾ ਲਓ ਜੀ ਇਨਡੋਰ ਦੀ ਇਨਬਾਕਸਿੰਗ ਹੋ ਗਈ ਮਾਸ਼ਾਅੱਲਾ ਆ ਵਾ ਕੱਢ ਕੇ ਦਿਖਾਉਂਦੇ ਤੁਹਾਨੂੰ ਤੇ ਹੁਣ ਇੱਧਰ ਆ ਜਾ ਬਾਤ ਬਾਈ ਹੁਣ ਵਹਾਬ ਬਾਈ ਗੱਲ ਲੱਗੇ ਆ ਜੀ ਆਊਟਡੋਰ ਦੀ ਇਨਬਾਕਸਿੰਗ ਕਰੋ ਜੀ ਕਿਆ ਬਾਤ ਆ ਜੀ ਕਿਆ ਬਾਤ ਆ ਅੱਜ ਮੁੰਡਿਆਂ ਨੂੰ ਦੇਣੀਆਂ ਠੰਡੀਆਂ ਹਵਾਵਾਂ ਵਾਹ 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 ਤੁਸੀਂ ਤਾਂ ਵਾਹਵਾ ਕੁਛ ਨਿਕਲਿਆ ਆ ਭਾਬੇ ਹਾਂਜੀ ਟੀਸੀਐਲ ਦਾ ਏਸੀ ਨਵਾਂ ਲਾਤਾ ਜੀ ਜੈਨੂਇਨ ਏਸੀ ਇਹਦੇ ਨਾਲ ਕਿੱਟ ਕੋਈ ਵੀ ਨਹੀਂ ਦਿੰਦਾ ਕਾਪਰ ਦੀ ਕਿੱਟ ਪੂਰੀ ਕਿਆ ਬਾਤ ਹੈ ਕਿਆ ਬਾਤ ਭਾਈ ਇਹ ਵੀ ਦੱਸ ਦੇ ਨਾਲ ਨਾਲ ਦੋ ਹੋਈਆਂ ਦੋਨੇ ਇਹ ਦੋਨੇ ਇਕੱਠੀਆਂ ਲੱਗੀਆਂ ਨਾ ਇਹਨੂੰ ਹਾਂਜੀ ਮਾਸ਼ਾਅੱਲਾ ਮਾਸ਼ਾਅੱਲਾ ਤੇ ਵੀ ਇੱਕ ਨਿੱਕੇ ਹੋ ਲੰਮਾ ਪਾ ਲਿਆ ਵਾ ਪੈਪ ਸ਼ੈਪ ਲਾਣ ਲੱਗੇ ਆ ਇਹਦੇ ਵਿੱਚੋਂ ਕੀ ਨਿਕਲ ਰਿਹਾ ਭਾਈ ਹੁਣ ਚੈਕਿੰਗ ਸ਼ੈਕਿੰਗ ਕਰ ਰਹੇ ਆ ਮਾਸ਼ਾਅੱਲਾ ਹਰ ਤਰੀਕੇ ਨਾਲ ਚੈੱਕ ਕਰਕੇ ਨਾ ਫੇਰ ਲਾਣਗੇ ਕਾਰੀਗਰ ਬੰਦੇ ਦਾ ਇਹੀ ਤਾਂ ਫਾਇਦਾ ਹੁੰਦਾ ਵਾ ਮਾਸ਼ਾਅੱਲਾ ਹਰ ਚੀਜ਼ ਐਨ ਤਸੱਲਾ ਦੇ ਨਾਲ ਲਾਉਂਦੇ ਆ ਕਿ ਕੋਈ ਮਸਲਾ ਕੋਈ ਪ੍ਰੋਬਲਮ ਨਾ ਹੋਵੇ ਜੀ ਏਸੀ ਦੀ ਬੈਕ ਸਾਈਡ ਦੀ ਪਲੇਟ ਹਰ ਵਾਰ ਸੈੱਟ ਕਰ ਰਹੇ ਆ ਇਨਸ਼ਾਅੱਲਾ ਹੁਣ ਸੈੱਟ ਕਰਕੇ ਤੇ ਏਸੀ ਲਾਣਗੇ ਇਨਸ਼ਾਅੱਲਾ ਜੋੜ ਪਾਇਆ ਆ ਭਾਈ ਹਾਂਜੀ ਨਹੀਂ ਪਾਇਆ ਉਹ ਆਪਸ ਚ ਮਿਲਾਇਆ ਉਹਨਾਂ ਨੇ ਭਈ ਆਣਗੇ ਕਿ ਵੱਡਾ ਛੋਟਾ ਕਰਨਾ ਪੈ ਜਵੇ ਆ ਲਾ ਹਾਂ ਭਾਈ ਦੀ ਫਿਟਿੰਗ ਸ਼ਿਟਿੰਗ ਕਰਨ ਵਾਸਤੇ ਕੋਈ ਮਸਲਾ ਮਸਾਇਲ ਨਾ ਬਣੇ ਲੋ ਯਾ ਲਾ ਕਿਦਾ ਕੀਤਾ ਭਾਈ ਦੀ ਫਿਟਿੰਗ ਸ਼ਿਟਿੰਗ ਕਰ ਰਿਹਾ ਹਾਂ ਭਾਈ ਡੱਬੀ ਤੇ ਇਹਦੇ ਚ ਹੁਣ ਇਨਸ਼ਾਅੱਲਾ ਕਰਨਗੇ ਕਨੈਕਸ਼ਨ ਆਊਟਡੋਰ ਇਨਡੋਰ ਦੋਨਾਂ ਦੇ ਨਾ ਹਾਂਜੀ ਹੁਣ ਕਰਨਗੇ ਜੀ ਕਿੱਟ ਦੇਖੋ ਜ਼ਬਰਦਸਤ ਤਾਰ ਬੜੀ ਅੱਛੀ ਦਿੱਤੀ ਨਾਲ ਉਹਨਾਂ ਨੇ ਜ਼ਬਰਦਸਤ ਕਿਸਮ ਦੀ ਤਾਰ ਦਿੱਤੀ ਪਾਏਦਾਰੀ ਵਾਲੀ ਤਾਰ
ਇੰਡੋਰ ਇੰਡੋਰ ਹੋ ਗਿਆ ਜੀ ਮਾਸ਼ਾਅੱਲਾ ਬਿਲਕੁਲ ਫਾਈਨਲ। ਹੁਣ ਭਾਈ ਟੰਗਣਗੇ ਉੱਪਰ ਇਹਨੂੰ ਫਿਰ ਠੰਡੀ ਹਵਾ ਸੌਣਗੇ ਇਨਸ਼ਾਅੱਲਾ ਅੱਲਾ ਰੱਖੇ ਖਾਏ। ਚਲੋ ਜੀ ਏਸੀ ਗਿਆ ਲੱਗ। ਚਲੋ ਜੀ ਮਾਸ਼ਾਅੱਲਾ ਆਊਟਡੋਰ ਜਾ ਰਿਹਾ ਉੱਪਰ ਆਦ ਭਾਈ ਕੋਈ ਕੁਛ ਬੜੇ ਮਿਹਨਤੀ ਬੰਦੇ ਆ, ਕਿਆ ਬਾਤ ਆ, ਰੱਖ ਲਿਆ ਮੋਢੇ ਤੇ ਜਾ ਰਿਹਾ ਹੁਣ ਆਊਟਡੋਰ ਉੱਪਰ। ਅਵਰੂਪ ਤਾਂ ਹੱਥ ਪਾਈ ਤਰ੍ਹਾਂ ਹੈ ਵੀ ਸਾਧ ਚੱਲ ਕੋਈ ਉੱਪਰ ਆਊਟਡੋਰ ਇੱਥੋਂ ਫੜ ਲਿਆ ਯਾਰ ਪਹਿਲੇ ਇਹਦੇ ਕੋਲ ਭਾਵਾਂ। ਲਓ ਜੀ ਆਹ ਪਹਿਲਾਂ ਇੱਕ ਸਾਡੇ ਦੋਸਤ ਨੇ ਲਾਇਆ ਸੀ, ਬੜਾ ਪਿਆਰਾ ਦੋਸਤ ਆ, ਪੁਰਾਣਾ ਲਾ ਲਿਆ ਸੀਗਾ, ਲੇਕਿਨ ਇਹ ਆ ਕਿ ਇਹ ਦੋ ਕੁ ਦਿਨ ਹੀ ਚੱਲਿਆ ਸੀਗਾ, ਦੋ ਦਿਨ ਚੱਲਣ ਤੋਂ ਬਾਅਦ ਬੰਦ ਹੋ ਗਿਆ ਅਤੇ ਅਸੀਂ ਕਿਹਾ ਭਾਈ ਅਸੀਂ ਨਵਾਂ ਹੀ ਏਸੀ ਲੈ ਕੇ ਆਉਣਾ ਵਾ, ਅਤੇ ਅੱਲਾ ਦੀ ਮਿਹਰਬਾਨੀ ਫਿਰ ਅਸੀਂ ਇਸ ਤੋਂ ਨਵਾਂ ਏਸੀ ਲੈ ਕੇ ਆਏ ਹਾਂ, ਪੁਰਾਣਾ ਅਸੀਂ ਲਾਹ ਦੇਣ ਲੱਗੇ ਹਾਂ ਅਤੇ ਨਵਾਂ ਹੁਣ ਅਸੀਂ ਆਊਟਡੋਰ ਫਿੱਟ ਕਰਾਂਗੇ ਭਾਈ। ਚਲੋ ਜੀ ਹੁਣ ਸਿੱਧੇ ਹੋਣ ਲੱਗੇ ਜੀ ਆਊਟਡੋਰ 'ਤੇ। ਆਹ ਭਾਈ ਖੁਦ ਆਪ ਕੰਮ ਕਰਦੇ ਆ, ਸ਼ਗਿਰਦ ਨੂੰ ਕਹਿੰਦਾ ਤੂੰ ਕੰਮ ਖਰਾਬ ਨਾ ਕਰ ਦੇ, ਬੜਾ ਮਹਿੰਗਾ ਏਸੀ ਲੈ ਕੇ ਆਏ ਆ ਭਾਈ ਹੁਣੀ, ਅਤੇ ਮਿਹਰਬਾਨੀ ਤੇਰਾ ਸਿੱਧਾ ਕਰ ਲੈਣ ਦੇ ਪੈ। ਆਹ ਭਾਈ ਹੁਣ ਫੁੱਲ ਅੱਛੇ ਤਰੀਕੇ ਨਾਲ ਸਿੱਧਾ ਕਰ ਲੈਣਗੇ ਪਹਿਲੇ ਇਹਨਾਂ ਨੂੰ ਪੈਪ ਨੂੰ। ਇਹ ਕਿੰਨੇ ਫੁੱਟ ਹੁੰਦਾ ਭਾਈ? 10 ਫੁੱਟ ਜੈਨੂਇਨ ਕਾਪਰ ਦੇ ਵਿੱਚ, ਜੈਨੂਇਨ ਕਾਪਰ, ਜੈਨੂਇਨ ਕਾਪਰ ਦੀ ਲੈ 10 ਫੁੱਟ ਪੈਪ। ਅਭੀ ਪੈਪ ਸਿੱਧਾ ਹੋ ਗਿਆ, ਆਊਟਡੋਰ ਚਲਾਉਂਦੇ ਪ੍ਰੋਪਰ ਕੰਮ ਹੋ ਰਿਹਾ, ਚੈੱਕ ਕਰੋ ਥੱਲੇ ਇੱਟਾਂ ਦੀ ਐਂ ਸਫਾਈ ਸਫੂਈ ਕਰਕੇ। ਆਹ ਭਾਈ ਫਿਰ ਇੱਟਾਂ ਲਾਉਣਗੇ ਥੱਲੇ, ਕਿਉਂਕਿ ਨਾ ਏ ਸੀ ਜਿਹੜਾ ਆਊਟਡੋਰ ਆ ਵਹਾ ਭਾਈ ਜਿਹੜਾ ਨਾ ਕਹਿ ਰਹੇ ਕਿ ਏ ਸੀ ਜਿਹੜਾ ਨਾ ਅੱਛੇ ਤਰੀਕੇ ਨਾਲ ਰੱਖ ਹੋਵੇ, ਕਿਉਂਕਿ ਮਸਲਾ ਮਸਾਇਲ ਨਾ ਬਣਿਆ ਆਊਟਡੋਰ ਨੂੰ ਛੱਡਦੇ ਨੂੰ ਪਕੜੇ ਛੱਡਦੇ ਨਹੀਂ ਜਾਂਦੇ ਰੋਜ਼। ਮਾਸ਼ਾਅੱਲਾ ਹੁੰਦਾ ਆਊਟਡੋਰ ਦੇ ਪਾਣੀ ਵਾਸਤੇ, ਆਊਟਡੋਰ ਹੋ ਗਿਆ ਮਸ਼ਾਅੱਲਾ ਫਿੱਟ, ਬਿਹਤਰੀਨ ਫਿੱਟ ਹੋ ਗਿਆ ਜੀ। ਹੁਣ ਪੈਰ ਦੇ ਕਨੈਕਸ਼ਨ ਕਰਨੇ ਆ ਜੀ, ਤੇ ਓਕੇ ਹੋ ਜਾਣਾ। ਇਹ ਆਊਟਡੋਰ ਦੇ, ਇਹ ਆਊਟਡੋਰ ਦੇ ਪੈਰ ਦੇ ਥੱਲੇ ਰੱਖਣਾ ਵਾ ਜੀ। ਵਾਹ ਪੈਰ ਤਾਂ ਚੰਗੇ ਆ ਇਹਦੇ, ਪਾਇਦਾਨ ਪਾਇਦਾਨ ਵਾਈਬ੍ਰੇਸ਼ਨ ਨਾ ਕਰੇ, ਆਵਾਜ਼ ਨਾ ਕਰੇ, ਇਹਨਾਂ ਚ ਵਾਈਬ੍ਰੇਸ਼ਨ ਵਗੈਰਾ ਆਵਾਜ਼ ਵਗੈਰਾ ਨਹੀਂ ਕਰੇਗਾ ਏਸੀ। ਆਊਟਡੋਰ ਚੱਲੇਗਾ ਨਾ ਜ਼ਰਾ, ਫਿਰ ਸਮੂਥ ਚੱਲੇਗਾ ਬਿਲਕੁਲ। ਲਓ ਜੀ ਪੈਪ ਦੀ ਹੋਣ ਲੱਗੀ ਫਿਟਿੰਗ, ਹੋਣ ਅੱਲਾ ਰੱਖੇ ਖੈਰ ਏਸੀ ਬਸ ਚੱਲਣ ਚ ਐਵੇਂ ਟਾਈਮ ਰਹਿ ਗਿਆ ਥੋੜ੍ਹਾ। ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ, ਏਸੀ ਵਾਲੇ ਖੋਲ੍ਹ ਲਿਆ ਕਲਾਮ, ਹਰ ਸ਼ੈ ਖੁੱਲ੍ਹੀ ਜਾ ਰਹੀ, ਉੱਪਰ ਤਾਰਾਂ ਵਾਲਾ ਸਿਸਟਮ ਖੋਲ੍ਹ ਲਿਆ। ਆਹ ਭਾਈ ਲੱਗੇ ਹੋਏ ਫੋਨ 'ਚ ਇਸ ਟਾਈਮ, ਪੈਰਾਂ ਦੇ ਕਨੈਕਸ਼ਨ ਕਰ ਲੈਣ ਸਰ, ਵੇਖ ਲਾ ਕਿੱਦਾਂ ਕਿੱਦਾਂ ਕਨੈਕਸ਼ਨ ਕਰਦੇ ਪਤਾ ਲੱਗ ਜੂਗਾ ਨਾ। ਹਾਂ ਲੱਗਿਆ ਜੀ ਪਾਕਿਸਤਾਨੀ ਜੁਗਾੜ, ਕਿਆ ਬਾਤ ਕਿਆ ਬਾਤ ਕਿਆ ਬਾਤ,
ਲੋ ਦੇਖੀ ਹੁਣ ਜਿੱਦਾਂ ਥੱਲੇ ਲਾਈਆਂ ਉਦਾਂ ਹੀ ਲਾਇਆ ਹੋਇਆ ਲਾਲ ਨੀਲੀ ਕਾਲੀ ਲਾਲ ਨੀਲੀ ਕਾਲੀ ਜੀ ਚਲੋ ਜੀ ਸਾਰਾ ਕੁਛ ਮੈਨੂੰ ਪਤਾ ਵਾ ਇੱਕ ਰਹਿ ਗਈ ਤਾਰ ਅਰਸ਼ ਦੀ ਉੱਥੇ ਵੀ ਲੱਗੀ ਚਲੋ ਜੀ ਇਹ ਕਨੈਕਸ਼ਨ ਹੋ ਗਿਆ ਹੁਣ ਲਓ ਜੀ ਹੁਣ ਲੱਗਾ ਵਾ ਮੇਨ ਕੰਮ ਜਿਹੜਾ ਹੁਣ ਇਹਦੀ ਵਜ੍ਹਾ ਨਾਲ ਏਸੀ ਚੱਲਣਾ ਵਾ ਸਾਰੇ ਕੰਮ ਦਾ ਮੇਨ ਹੈਡ ਇੱਥੇ ਆ ਪਸੀਨੇ ਚੈੱਕ ਕਰੋ ਹਰ ਪਾਸੇ ਪਸੀਨੇ ਨਿਕਲ ਰਿਹਾ ਮਿਹਨਤ ਦਾ ਕੰਮ ਬਿਸਮਿਲਾ ਪੜ੍ਹ ਕੇ ਹੁਣ ਚਲਾ ਕੇ ਇਹਦੀ ਕੂਲਿੰਗ ਚੈੱਕ ਕਰਦੇ ਹਾਂ ਜੀ ਕੂਲਿੰਗ ਕੈਸੀ ਦੇ ਰਿਹਾ ਵਾ ਅਤੇ ਕੈਸੀ ਠੰਡਕ ਹੋ ਰਹੀ ਆ ਅੱਜ ਇਨਸ਼ਾਅੱਲਾ ਅੱਲਾ ਰੱਖੇ ਖੈਰ ਅੱਲਾ ਦੇ ਫਜ਼ਲੋ ਕਰਮ ਦੇ ਨਾਲ ਮੁੰਡੇ ਫੁੱਲ ਇੰਜੋਏ ਕਰਨਗੇ ਅੱਜ ਕੂਲਿੰਗ ਵਾਲੇ ਮਾਹੌਲ 'ਚ ਸੌਣਗੇ ਇਸ ਟਾਈਮ ਜਿਹੜੀ ਪੈਕਿੰਗ ਨਾ ਬਹੁਤ ਜ਼ਰੂਰੀ ਹੈ ਫਿਰ ਤਾਰਾਂ ਤੂਰਾਂ ਔਰ ਪਾਇਪ ਹਿਲਦਾ ਨਹੀਂ ਹੈ ਥੱਲਿਓਂ ਤੱਕ ਆਹ ਵਹਾਬ ਭਾਈ ਨੇ ਨਾ ਪੈਕਿੰਗ ਕਰ ਦਿੱਤੀ ਆ ਵਹਾਬ ਭਾਈ ਟਾਈਮ ਕੱਢ ਕੇ ਨਾ ਤੁਸੀਂ ਨਾਮ ਵੀ ਚੇਂਜ ਕਰੋ ਆਪਣਾ ਅਬਦੁਲ ਵਹਾਬ ਹੈ ਹਾਂ ਅਬਦੁਲ ਵਹਾਬ ਹੈ ਨਾਮ ਚੇਂਜ ਕਰੋ ਨਾਮ ਭੁਲੇਖਾ ਪੈ ਜਾਂਦਾ ਸਾਨੂੰ ਮਿਹਨਤੀ ਆਦਮੀ ਹੈ ਤੁਸੀਂ ਇਹ ਚੁੰਬੜਦੀ ਵੀ ਉਦਾਂ ਹੀ ਲਪੇਟੀ ਜਾਂਦੀ ਬਸ ਅੱਛਾ ਇਹ ਸ਼ਲੋਸ਼ਨ ਵਾਲੀ ਨਹੀਂ ਹੈ ਹਾਂਜੀ ਹੁੰਦੀ ਹੈ ਕਿ ਧੁੱਪ ਦੀ ਵਿੱਚੋਂ ਇਹ ਖਰਾਬ ਨਹੀਂ ਹੋਏਗਾ ਧੁੱਪ ਪੈ ਕੇ ਪੈਪ ਜਿਹੜਾ ਵਾ ਅੰਦਰੋਂ ਖਰਾਬ ਨਹੀਂ ਹੋਏਗਾ ਗਲੇਗਾ ਨਹੀਂ ਕਾਰਬਨ ਨਹੀਂ ਆਏਗੀ ਅੱਛਾ ਤੇ ਜਿਹੜਾ ਉਹ ਆਪਾਂ ਮਾਰਨਾ ਸੀ ਉਹ ਕਿੱਥੇ ਲੱਭਣਾ ਵਾ ਲੈਕਰ ਉਹ ਕਿੱਥੇ ਵਜਣਾ ਨਹੀਂ ਹੁਣ ਇਹ ਵਜਣਾ ਵਾ ਕਿੱਥੇ ਆਪਾਂ ਟਾਪਾ ਖੋਲਣਾ ਅੱਛਾ ਉੱਪਰ ਟਾਪਾ ਖੋਲਣਾ ਵਾ ਜਿੰਦ ਅੰਦਰ ਯੂ ਆ ਹਾਂ ਉਹਨੂੰ ਸਪਰੇ ਮਾਰਨੀ ਓਕੇ 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 ਬੋਤਲ ਮਗਾਓ ਪਹਿਲੇ ਠੰਡੀ ਜੀ ਕੋਈ ਪਾਣੀ ਪਹਿਲੇ ਹੁੰਦਾ ਇਹ ਨਹੀਂ ਦੱਸਿਆ ਵਿੱਚ ਨਹੀਂ ਭੁੱਲ ਗਏ ਪਾਣੀ ਦੀ ਠੰਡੀ ਬੋਤਲ ਨਹੀਂ ਆਪਾਂ ਕੋ ਪੀਨੇ ਨਹੀਂ ਨਹੀਂ ਹੁਣ ਕੋ ਕੇ ਜੀ ਸਾਰਾ ਕੰਮ ਵਗੈਰਾ ਹੋ ਗਿਆ ਹੁਣ ਜਾ ਕੇ ਥੱਲੇ ਕੂਲ ਨਾਲੇ ਏਸੀ ਦੀ ਹਵਾ ਲੈਨੇ ਨਾਲੇ ਕੋ ਲਓ ਜੀ ਏਸੀ ਦਾ ਕੰਮ ਇਥੋਂ ਮੁਕੰਮਲ ਉਤੋਂ ਹੋ ਗਿਆ ਵਾ ਜੀ ਹੁਣ ਅਸੀਂ ਥੱਲੇ ਚੱਲੇ ਆ ਤੇ ਨਾਲੇ ਅਸੀਂ ਪੀਵਾਂਗੇ ਠੰਡੀ ਠੰਡੀ ਕੋਲਡ ਡਰਿੰਕ ਪੀਵਾਂਗੇ ਤੇ ਨਾਲੇ ਅਸੀਂ ਏਸੀ ਚਲਾ ਕੇ ਉਹਦੀ ਕੂਲਿੰਗ ਦੇ ਥੱਲੇ ਬਹਿ ਕੇ ਸਕੂਨ ਮਾਹੌਲ ਨਾਲ ਵਹਾਬ ਭਾਈ ਨੂੰ ਬੋਤਲ ਵੀ ਪਿਲਾਣਾ ਹੈ ਇਨਸ਼ਾਅੱਲਾ ਚੱਲਦੇ ਹੁਣ ਥੱਲੇ ਤੇ ਏਸੀ ਚਲਾ ਕੇ ਤੁਹਾਨੂੰ ਮਿਲਦੇ ਲਓ ਜੀ ਏਸੀ ਮਾਸ਼ਾਅੱਲਾ ਲੱਗ ਗਿਆ ਵਾ ਤੇ ਵਹਾਬ ਭਾਈ ਹੁਣ ਉੱਪਰ ਖੜੇ ਹੋਏ ਆ ਤੇ ਏਸੀ ਦਾ ਬਟਨ ਛੱਡਣਾ ਵਾ ਤੇ ਏਸੀ ਆਪਣਾ ਇਨਸ਼ਾਅੱਲਾ ਚੱਲ ਪੈਣਾ ਵਾ ਤੇ ਕੂਲਿੰਗ ਹੋ ਜਾਣੀ ਹੈ ਸ਼ੁਰੂ ਵਹਾਬ ਭਾਈ ਕਰੋ ਜੀ ਬਿਸਮਿਲ੍ਲਾ ਰਹਿਮਾਨ ਰਹੀਮ ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ
ਕਮਾਲ ਹੋ ਗਿਆ ਜੀ, ਕਮਾਲ ਹੋ ਗਿਆ। ਸ਼ੁਕਰ ਆ ਉਸ ਮਾਲਕ ਦੀ ਜ਼ਾਤ ਦਾ ਜਿਹਨੇ ਸਾਨੂੰ ਇਸ ਕਾਬਲ ਕੀਤਾ ਏਸੀ ਦੀ ਹਵਾ ਲੈਣ ਵਾਸਤੇ। ਠੰਡੀ ਹਵਾ ਲੈਂਦੇ ਹੁਣ ਮੁੰਡੇ ਵੀ, ਠੰਡੀ ਹਵਾ ਲੈਣਗੇ ਇਨਸ਼ਾਅੱਲਾ। ਅੱਲਾ ਰੱਖੇ ਕਹਿਣ, ਸਾਰੇ ਮੁੰਡੇ ਇੱਥੇ ਸੌਂਦੇ ਆ, ਚੈੱਕ ਕਰੋ ਜ਼ਰਾ, 8-10 ਮੁੰਡੇ ਸੌਂਦੇ ਹੋਏ ਆ ਸਾਰੇ ਇੱਥੇ, ਇੰਜੋਏ ਕਰਨਗੇ ਆਪਣੇ ਏਸੀ ਦੀ ਹਵਾ ਨੂੰ ਇਨਸ਼ਾਅੱਲਾ।